ਗੁਰੂ ਪਿਆਰ ਵਾਲਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਤਨਾਮ ਸਿੰਘ ਸੱਲੋਪੁਰੀ ਤੁਹਾਡੀ ਸੇਵਾ 'ਚ ਹਾਜ਼ਰ ਹੈ। ਮੈਂ ਦੋ ਤਿੰਨ ਐਪੀਸੋਡ ਯਾਦਾਂ ਦੇ ਝਰੋਖੇ 'ਚੋਂ ਪਿੱਛੇ ਜੇ ਸਾਂਝੇ ਕੀਤੇ ਸੀ। ਅੱਜ ਮੈਂ ਥੋੜ੍ਹਾ ਘਰ ਜਲਦੀ ਆ ਗਿਆ ਅਤੇ ਥੋੜ੍ਹਾ ਸਮਾਂ ਸੀ ਮੇਰੇ ਕੋਲ। ਮੈਂ ਸੋਚਿਆ ਇੱਕ ਦੋ ਯਾਦਾਂ ਦੇ ਝਰੋਖੇ 'ਚੋਂ ਘਟਨਾਵਾਂ ਹੋਰ ਸਾਂਝੀਆਂ ਕਰਨ ਦਾ ਯਤਨ ਕਰਦਾ। ਅੱਜ ਗਲਾ ਕਾਫੀ ਖਰਾਬ ਹੈ, ਪਰ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਰੁਕਦਾ ਨਹੀਂ, ਮੈਂ ਅੱਕਦਾ ਨਹੀਂ, ਮੈਂ ਥੱਕਦਾ ਨਹੀਂ। ਵਾਹਿਗੁਰੂ ਮੇਰੇ ਸਿਰ 'ਤੇ ਸੜੀ ਰੱਖਦੇ ਨੇ। ਮੈਂ ਆਪਣੀ ਚਾਲੇ ਤੁਰਿਆ ਰਹਿੰਦਾ ਹਾਂ, ਆਪਣੀ ਟੀਮ ਦੇ ਨਾਲ, ਟੀਮ ਸਪਿਰਿਟ ਨਾਲ, ਟੀਮ ਐਕਟੀਵਿਟੀ ਜਿਹੜੀ ਆ ਉਹ ਕਰਦਾ ਰਹਿੰਦਾ ਹਾਂ। ਅੱਜ ਇਹ ਘਟਨਾ, ਇੱਕ ਯਾਦ ਮੈਂ ਸਾਂਝੀ ਕਰਨ ਲੱਗਿਆ। ਗੁਰੂ ਪਿਆਰਿਓ, ਗੱਲ ਮਾਰਚ 1984 ਦੀ ਹੈ, ਜਦੋਂ ਮੈਂ ਸਰਦਾਰ ਮਨਮੋਹਨ ਸਿੰਘ ਸੈਲਾਨੀ, ਜੋ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫਾਊਂਡਰ ਮੈਂਬਰਾਂ ਵਿੱਚੋਂ ਇੱਕ ਨੇ, ਉਹਨਾਂ ਦੇ ਕੋਲ ਰਾਏਪੁਰ, ਜੋ ਅੱਜ ਛੱਤੀਸਗੜ੍ਹ ਦੇ ਵਿੱਚ ਹੈ, ਉਦੋਂ ਮੱਧ ਪ੍ਰਦੇਸ਼ ਸਟੇਟ ਸੀਗੀ, ਉਹਦੇ ਵਿੱਚ ਸੀ। ਉੱਥੇ ਮੈਂ ਪ੍ਰਚਾਰ ਵਾਸਤੇ ਗਿਆ ਅਤੇ ਪ੍ਰਚਾਰ ਵੀ ਸਤਨਾਮੀਆਂ 'ਚ ਕਰਨ ਵਾਸਤੇ। ਸਤਨਾਮੀ ਉਹ ਲੋਕ ਨੇ ਜਿਹਨਾਂ ਦੀ ਗਿਣਤੀ 1984 'ਚ ਉੱਥੇ 56 ਲੱਖ ਦੇ ਕਰੀਬ ਸੀ, ਅੱਜ ਉਹਨਾਂ ਦੀ ਗਿਣਤੀ ਕਰੋੜਾਂ ਦੇ ਵਿੱਚ ਹੈ। ਅਤੇ ਇਹਨਾਂ ਕੋਲ ਆਪਣਾ ਲਿਟਰੇਚਰ ਕੋਈ ਨਹੀਂ ਹੈ, ਪਰ ਇਹ ਕਹਿੰਦੇ ਨੇ ਕਿ ਬਾਬਾ ਘਾਸੀਦਾਸ ਸਾਡੇ ਗੁਰੂ ਹੋਏ ਨੇ ਅਤੇ ਉਹ ਸਾਨੂੰ ਸਤਨਾਮ ਦ੍ਰਿੜ ਕਰਾਉਂਦੇ ਸੀ ਅਤੇ ਅਸੀਂ ਸਤਨਾਮ ਦੇ ਉਪਾਸਕ ਸੀ। ਜਦੋਂ ਅਬਦਾਲੀਆਂ ਨਾਦਰ ਸਾਹੀਆਂ ਦੇ ਹਮਲੇ ਹੋਏ ਅਤੇ ਅਸੀਂ ਉੱਧਰੋਂ ਉੱਜੜ ਕੇ ਇੱਧਰ ਸਰਹੱਦੀ ਇਲਾਕਿਆਂ 'ਚ ਆ ਗਏ ਅਤੇ ਇੱਥੋਂ ਦੀ ਹਕੂਮਤ ਨੇ ਸਾਨੂੰ ਸੂਦਰ ਬਣਾ ਤਾ, ਸਾਨੂੰ ਛੋਟੀ ਜਾਤ ਦਾ ਬਣਾ ਤਾ, ਸਾਡਾ ਸਤਨਾਮ ਵੀ ਛੁੱਟ ਗਿਆ ਅਤੇ ਸਾਨੂੰ ਛੋਟੀ ਜਾਤ ਕਰਕੇ ਨਫ਼ਰਤ ਦਾ ਵੀ ਸ਼ਿਕਾਰ ਹੋਣਾ ਪਿਆ। ਸਾਡੇ 'ਚ ਕੋਈ ਪੜ੍ਹਿਆ ਲਿਖਿਆ ਬੰਦਾ ਹੋਵੇ, ਇੰਜੀਨੀਅਰ ਹੋਵੇ, ਡਾਕਟਰ ਹੋਵੇ, ਅਤੇ ਉਹਨੂੰ ਵੀ ਆਪਣੇ ਖੂਹ 'ਤੇ ਨਹੀਂ ਚੜ੍ਹਨ ਦਿੰਦੇ, ਉਹਦੇ ਵੀ ਧੋਬੀ ਕੱਪੜੇ ਪ੍ਰੈਸ ਨਹੀਂ ਕਰਦਾ ਕਿ ਇਹ ਛੋਟੀ ਜਾਤ ਦਾ। ਓਵਰਆਲ ਇਹ ਲੋਕ ਬੜੇ ਇਕਨੋਮਿਕਲੀ ਉਦੋਂ ਗਰੀਬ ਸੀਗੇ ਅਤੇ ਝੁੱਗੀਆਂ ਝੌਂਪੜੀਆਂ 'ਚ ਰਹਿੰਦੇ ਸੀਗੇ, ਜੰਗਲਾਂ 'ਚੋਂ ਲੱਕੜਾਂ ਕੱਟ ਕੇ ਆਪਣਾ ਗੁਜ਼ਾਰਾ ਕਰਦੇ ਸੀ। ਮੈਂ ਜਦੋਂ ਉੱਥੇ ਗਿਆ ਅਤੇ ਮੈਂ ਜ਼ਿਆਦਾ ਸਮਾਂ ਇਹਨਾਂ ਦੀਆਂ ਝੁੱਗੀਆਂ 'ਚ ਰਹਿਣਾ ਸ਼ੁਰੂ ਕੀਤਾ, ਇਹਨਾਂ ਨਾਲ ਬਰਾਬਰ ਬੈਠ ਕੇ ਨਿਤਨੇਮ ਕਰਨਾ ਸ਼ੁਰੂ ਕੀਤਾ, ਰਹਿ ਰਾਸਤ ਸ਼ਾਮ ਨੂੰ ਪੜ੍ਹਨੀ ਸ਼ੁਰੂ ਕੀਤੀ। ਇਹਨਾਂ ਨੇ ਲੱਗਣ ਲੱਗ ਪਿਆ ਕਿ ਸਾਨੂੰ ਤਾਂ ਨੀਵੀਂ ਜਾਤ ਕਰਕੇ ਇੱਥੇ ਨਫ਼ਰਤ ਕਰਦੇ ਨੇ ਲੋਕ, ਪਰ ਇਹ ਸਰਦਾਰ ਲੋਕ ਜਿਹੜੇ ਨੇ ਇਹ ਸਾਡੀ ਝੁੱਗੀ ਜਾ ਕੇ ਰਹਿੰਦੇ ਵੀ ਹੈ, ਇਹ ਸਾਡੀ ਝੁੱਗੀ ਜਾ ਕੇ ਖਾਂਦੇ ਵੀ ਹੈ, ਇਹ ਸਾਨੂੰ ਨਫ਼ਰਤ ਨਹੀਂ ਕਰਦੇ ਅਤੇ ਅਸੀਂ ਟੁੱਟੇ ਹੋਏ ਹਾਂ, ਅਸੀਂ ਸਤਨਾਮ ਤੋਂ ਵਿਛੜੇ ਹੋਏ ਹਾਂ, ਅਸੀਂ ਆਪਣੇ ਭਾਈਆਂ ਨਾਲ ਪੁਨਰ ਮਿਲਾਪ ਕਰਨਾ। ਅਤੇ ਮੈਂ ਵੀ ਉੱਥੇ ਸਤਨਾਮ ਦਾ, ਗੁਰਬਾਣੀ ਦਾ ਇਹਨਾਂ ਲੋਕਾਂ 'ਚ ਪ੍ਰਚਾਰ ਕਰਦਾ ਰਿਹਾ, ਔਰ ਪ੍ਰਚਾਰ ਕਰਕੇ ਫਿਰ ਅਸੀਂ ਕੈਂਪ ਲਾਉਂਦੇ ਹੁੰਦੇ ਸੀ। ਦੁਰਗ ਭਲਈ ਦੁਰਗ ਹੈ, ਦੁਰਗ ਦੇ ਮੇਅਰ ਸਰਦਾਰ ਸੁੱਚਾ ਸਿੰਘ, ਉਹਨਾਂ ਦੀ ਮਾਤਾ ਜੀ ਬੜੀ ਚੜ੍ਹਦੀ ਕਲਾ ਜਜ਼ਬੇ ਵਾਲੇ, ਉਹ ਮਾਤਾ ਜੀ ਸਾਡੇ ਨਾਲ ਕੈਂਪ 'ਚ ਜਾਂਦੇ ਹੁੰਦੇ ਸੀ। ਇਹਨਾਂ ਲੋਕਾਂ ਦੇ ਉਂਗਲ ਉਂਗਲ ਲੰਬੇ ਕੇਸ ਹੋ ਗਏ, ਇਹਨਾਂ ਲੋਕਾਂ ਨੇ ਸਿਰ 'ਚ ਕੰਘੇ ਰੱਖ ਲਏ, ਸਿਰਾਂ 'ਤੇ ਪੀਲੇ ਪਟਕੇ ਬੰਨ੍ਹ ਲਏ,
ਇਹਨਾਂ ਨੇ ਸਿਗਰਟ ਬੀੜੀ ਛੱਡਣ ਦਾ ਪ੍ਰਣ ਕਰ ਲਿਆ ਅਤੇ ਸਹਿਜੇ ਸਹਿਜੇ ਇਹ ਸਿੱਖੀ ਵੱਲ, ਸਤਨਾਮ ਦੇ ਜਾਪ ਵੱਲ ਇਹ ਅੱਗੇ ਅੱਗੇ ਵਧਣ ਲੱਗੇ ਅਤੇ ਪਿੰਡਾਂ ਦੇ ਵਿੱਚ ਉਤਸ਼ਾਹ ਬਣਨ ਲੱਗਿਆ। ਇਹ ਲੋਕ ਵੱਡੀ ਗਿਣਤੀ 'ਚ ਇਕੱਠੇ ਹੋ ਜਾਂਦੇ ਸੀ ਜਦੋਂ ਆਪਾਂ ਜਾਂਦੇ ਸੀ, ਅਤੇ ਇਹ ਇੰਨੇ ਖੁਸ਼ ਹੁੰਦੇ ਸੀ ਕਿ ਜਕਾਰੇ ਲਾਉਂਦੇ ਸੀ, ਬੋਲੇ ਸੋਨਿਹਾਲ, ਬੋਲਣਾ ਨਹੀਂ ਸੀ ਆਉਂਦਾ, ਕਹਿੰਦੇ ਸੀ ਬੋਲੀ ਸੋਨਿਹਾਲ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਨੂੰ ਕਹਿੰਦੇ ਸੀ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਬੜਾ ਇਹਨਾਂ ਲੋਕਾਂ 'ਚ ਉਤਸ਼ਾਹ ਬਣ ਰਿਹਾ ਸੀਗਾ, ਪਿੰਡਾਂ ਪਿੰਡਾਂ ਦੇ ਵਿੱਚ ਜਾਗਰਤੀ ਚੱਲ ਰਹੀ ਸੀਗੀ। ਇੱਕ ਇਹਨਾਂ ਲੋਕਾਂ ਦੇ ਵਿੱਚੋਂ ਡਾਕਟਰ ਜੇ ਆਰ ਕੌਸਲ, ਜਿਹੜੇ ਕਿੱਤੇ ਵਜੋਂ ਡਾਕਟਰ ਸੀਗੇ ਔਰ ਭਾਟਾਪਾਰਾ ਦੇ ਵਿੱਚ ਉਹਨਾਂ ਦੀ ਕਲੀਨਿਕ ਸੀਗੀ ਜਿੱਥੇ ਆਪਣੀ ਉਹ ਕਿਰਤ ਕਰਦੇ ਸੀਗੇ, ਅਤੇ ਨਾਲ ਨਾਲ ਇਹ ਸਤਨਾਮੀਆਂ 'ਚ ਇਹ ਸਤਨਾਮ ਲਹਿਰ ਨੂੰ ਮਜ਼ਬੂਤ ਕਰਨ ਦੇ ਲਈ ਲੀਡ ਕਰਦੇ ਸੀਗੇ ਔਰ ਬੜਾ ਇਹ ਜੋਸ਼ ਭਰਪੂਰ ਲੈਕਚਰ ਕਰਦੇ ਹੁੰਦੇ ਸੀ ਕਿ ਸਾਨੂੰ ਇੱਥੇ ਦਬਾਇਆ ਗਿਆ, ਸਾਨੂੰ ਦਰਕਾਰਿਆ ਗਿਆ, ਸਾਨੂੰ ਲਤਾੜਿਆ ਗਿਆ, ਅਤੇ ਅਸੀਂ ਮਤਲਬ ਇਹ ਹੈਗਾ ਕਿ ਸਿੱਖ ਧਰਮ ਦੇ ਵਿੱਚ ਜਾਤ ਪਾਤ ਦਾ ਕੋਈ ਭਿੰਨ ਭੇਦ ਨਹੀਂ ਹੈ ਔਰ ਉੱਥੇ ਸਤਨਾਮ ਦਾ ਜਾਪ ਹੈ, ਅਸੀਂ ਵੀ ਸਤਨਾਮ ਦੇ ਪਾਸਕ ਹਾਂ, ਅਸੀਂ ਟੁੱਟੇ ਹੋਏ ਹਾਂ, ਅਸੀਂ ਆਪਣੇ ਭਾਈਆਂ ਨਾਲ ਮਿਲ ਕੇ ਰਵਾਂਗੇ। ਤੋ ਉਹ ਬਹੁਤ ਜ਼ਿਆਦਾ ਉਹਨਾਂ ਦਾ ਵੀ ਉਦੋਂ ਪ੍ਰਚਾਰ ਚੱਲਦਾ ਸੀਗਾ, ਅਤੇ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਸੀ ਅਤੇ ਸੁੱਚਾ ਸਿੰਘ ਦੁਰਗ ਦੀ ਮੇਹਰ ਦੀ ਜਿਹੜੀ ਮਾਂ ਸੀ, ਜਿਹਨਾਂ ਦਾ ਮੈਂ ਪਹਿਲਾਂ ਜ਼ਿਕਰ ਕੀਤਾ, ਉਹ ਇਹਨਾਂ ਨੂੰ ਜਦੋਂ ਕੰਘੇ ਵੰਡਦੇ ਸੀ ਅਤੇ ਹੱਥ ਨਾਲ ਉਹਨਾਂ ਦੇ ਸਿਰ ਵਾਹੁੰਦੇ ਸੀ ਅੱਗੇ ਨੂੰ, ਧੋਣ ਤੋਂ ਰੱਖ ਕੇ ਅੱਗੇ ਨੂੰ, ਅਤੇ ਬੜੀ ਵਧੀਆ ਗੱਲ ਕਹਿੰਦੇ ਹੁੰਦੇ ਸੀ ਉਹਨਾਂ ਲੋਕਾਂ ਨੂੰ ਕਿ ਤੁਸੀਂ ਸਿਰ ਪਿੱਛੇ ਨੂੰ ਵਾਹੁੰਦੇ ਸੀ, ਤੁਸੀਂ ਪੱਛੜਦੇ ਗਏ, ਹੁਣ ਤੁਸੀਂ ਸਿਰ ਅੱਗੇ ਨੂੰ ਵਾਹਿਆ ਕਰਨਾ, ਜੂੜਾ ਕਰਿਆ ਕਰਨਾ, ਹੁਣ ਤੁਸੀਂ ਜ਼ਿੰਦਗੀ 'ਚ ਅੱਗੇ ਵੱਧਦੇ ਜਾਓਗੇ, ਤਰੱਕੀਆਂ ਕਰੋਗੇ, ਆਰਥਿਕ ਗੁਲਾਮੀ 'ਚੋਂ ਵੀ ਨਿਕਲੋਗੇ ਅਤੇ ਜਿਹੜੀ ਸਾਡੀ ਸਮਾਜਿਕ ਜਿਹੜੀ ਹੈ ਊਚ ਨੀਚ ਦੀ ਵੰਡ ਉਹਦੇ ਵਿੱਚੋਂ ਵੀ ਨਿਕਲੋਗੇ। ਇਹਨਾਂ ਲੋਕਾਂ 'ਚ ਬੜਾ ਉਤਸ਼ਾਹ ਬਣਦਾ ਗਿਆ, ਅੰਮ੍ਰਿਤ ਛਕਣ ਵਾਸਤੇ ਲਿਸਟਾਂ ਬਣ ਰਹੀਆਂ ਸੀਗੀਆਂ ਕਿ 10-20 ਹਜ਼ਾਰ ਤੋਂ ਘੱਟ ਨੂੰ ਅੰਮ੍ਰਿਤ ਨਹੀਂ ਛਕਾਉਣਾ, ਇੱਕੋ ਦਿਨ ਕਈ ਕੈਂਪ ਲਾਵਾਂਗੇ ਅੰਮ੍ਰਿਤ ਸੰਚਾਰ ਦੇ, ਤਾਂ ਕਿ ਉਹਨੂੰ ਇਹ ਗੱਲ ਪਤਾ ਸੀ ਕਿ ਸਿੱਖ ਲੋਕ ਇੰਨੀ ਜਲਦੀ ਸਾਡੇ ਨਾਲ ਰਿਸ਼ਤੇ ਨਹੀਂ ਕਰਨ ਲੱਗੇ, ਤਾਂ ਕਿ ਜੇ ਅਸੀਂ ਕੱਲ੍ਹ ਨੂੰ ਕੋਈ ਵਿਆਹ ਸ਼ਾਦੀਆਂ ਕਰਨੀਆਂ ਨੇ ਅਤੇ ਅੰਮ੍ਰਿਤਧਾਰੀ ਜ਼ਿਆਦਾ ਗਿਣਤੀ 'ਚ ਹੋਵਾਂਗੇ, ਸਾਨੂੰ ਦਿੱਕਤ ਨਹੀਂ ਆਏਗੀ, ਨਾਲੇ ਸਾਡੀ ਲਹਿਰ ਨੂੰ ਕੋਈ ਦਬਾ ਨਹੀਂ ਸਕੇਗਾ ਕਿਉਂਕਿ ਉੱਥੇ ਸਰਕਾਰ ਵੀ ਉੱਥੋਂ ਦੀ ਇਹ ਲਹਿਰ ਨੂੰ ਪਸੰਦ ਨਹੀਂ ਸੀ ਕਰਦੀ। ਅਖਬਾਰਾਂ 'ਚ ਸਰਵੇ ਆਉਂਦੇ ਹੁੰਦੇ ਸੀ, ਆਰਟੀਕਲ ਆਉਂਦੇ ਹੁੰਦੇ ਸੀ ਵੀ ਇੱਕ ਸੈਲਾਨੀ ਨਾਮ ਦੀ ਗੱਡੀ ਪਿੰਡਾਂ 'ਚ ਘੁੰਮਦੀ ਹੈ, ਧੜਾ ਧੜ ਸਿੱਖੀ ਦਾ ਪ੍ਰਚਾਰ ਕਰ ਰਹੀ ਹੈ, ਸਰਕਾਰ ਦੇ ਕੰਨਾਂ 'ਤੇ ਜੂ ਨਹੀਂ ਛਿੜਕ ਰਹੀ ਔਰ ਇਹ ਸਰਹੱਦੀ ਇਲਾਕੇ 'ਚ ਰਹਿ ਰਹੇ ਲੋਕਾਂ ਨੂੰ ਇਹ ਸਿੱਖ ਬਣਾ ਰਹੇ ਨੇ। ਸੋ ਇੱਦਾਂ ਦਾ ਜਿਹੜਾ ਉੱਥੇ ਮਾਹੌਲ ਉਹ ਚੱਲ ਰਿਹਾ ਸੀਗਾ। ਅਤੇ ਇੱਕ ਦਿਨ ਦੀ ਘਟਨਾ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਵਾਸਤੇ, ਉਹ ਆਪਣੀਆਂ ਪੁਰਾਤਨ ਯਾਦਾਂ ਨੂੰ ਯਾਦ ਕਰਨ ਵਾਸਤੇ ਤੁਹਾਡੇ ਨਾਲ ਸਾਂਝਾ ਕਰਨ ਵਾਸਤੇ ਮੈਂ ਵੀਡੀਓ 'ਤੇ ਹਾਜ਼ਰ ਹੋਇਆ, ਉਹ ਇਹ ਸੀਗੀ ਕਿ ਜਦੋਂ ਮੈਂ 1984 'ਚ ਸੈਲਾਨੀ ਸਾਹਿਬ ਕੋਲ ਗਿਆ ਅਤੇ ਸਤਨਾਮੀ ਲੋਕਾਂ ਦੇ ਪਿੰਡਾਂ 'ਚ ਮੈਂ ਜਾਂਦਾ ਹੁੰਦਾ ਸੀ, ਇਹ ਟੀਮ ਵੀ ਮੇਰੇ ਨਾਲ ਜਾਂਦੀ ਹੁੰਦੀ ਸੀ, ਪਰ ਜਦੋਂ ਇਹਨਾਂ ਲੋਕਾਂ ਦੇ ਆਪਣੇ ਬਿਜ਼ਨਸ ਆਪਣੇ ਰੁਝੇਵੇਂ ਹੁੰਦੇ ਸੀ ਸੈਲਾਨੀ ਸਾਹਿਬ ਜਾਂ ਹੋਰਾਂ ਦੇ, ਅਤੇ ਉਦੋਂ ਮੈਂ ਇਕੱਲਾ ਤੁਰ ਜਾਂਦਾ ਸੀ ਕਿਉਂਕਿ ਜਿਹੜੇ ਮਿਸਣ ਲਈ ਮੈਂ ਆਇਆ ਸੀ ਮੈਂ ਇੱਕ ਇੱਕ ਦਿਨ ਇੱਕ ਇੱਕ ਪਲ ਜਿਹੜਾ ਉਹ ਮੈਂ ਉਹਦੇ 'ਚ ਇਨਪੁੱਟ ਆਪਣੀ ਲਾਉਣੀ ਚਾਹੁੰਦਾ ਸੀ ਇਹਨਾਂ ਲੋਕਾਂ ਦੇ ਵਿੱਚ, ਕਿਉਂਕਿ ਇੱਕ ਮਹੀਨੇ ਬਾਅਦ ਮੈਂ ਵਾਪਸ ਮੁੜਨਾ ਸੀ, ਫਿਰ ਦੁਬਾਰਾ ਜਾਣ ਦਾ ਪਲੈਨ ਸੀ। ਉਹਦੇ ਵਿੱਚ ਕੀ ਹੋਇਆ ਕਿ ਇੱਕ ਦਿਨ ਦੀ ਗੱਲ ਹੈ ਕਿ ਮੈਂ ਪਿੰਡ ਮੁੰਗੇਲੀ ਗਿਆ ਅਤੇ ਉੱਥੇ ਸਤਨਾਮੀ ਲੋਕਾਂ ਨਾਲ ਇਕੱਤਰਤਾ ਕੀਤੀ, ਉਹਨਾਂ 'ਚ ਬੜਾ ਜਜ਼ਬਾ ਦੇਖਿਆ, ਜਜ਼ਬਾ ਭਰਿਆ ਵੀ, ਮੇਰਾ ਆਪਣਾ ਵੀ ਜਜ਼ਬਾ ਬਣ ਗਿਆ। ਫਿਰ ਮੈਂ ਅਗਲੇ ਪਿੰਡ
ਪੰਡੇਰੀਆ ਪਹੁੰਚਿਆ ਮੁੰਗੇਲੀ ਤੋਂ ਬਾਅਦ। ਪੰਡੇਰੀਆ ਤੋਂ ਬਾਅਦ ਤੀਜੇ ਪਿੰਡਾਂ 'ਚ ਮੈਂ ਜਾਣਾ ਸੀ ਅਤੇ ਪੰਡੇਰੀਆ ਦੇ ਵਿੱਚ ਜਦੋਂ ਮੈਂ ਕਿਰਾਏ ਵਾਲੀ ਜੀਪ ਦੇ ਵਿੱਚੋਂ ਉਤਰਿਆ ਅਤੇ ਸਾਹਮਣੇ ਸਰਦਾਰਾਂ ਦੀ ਮਾਰਕੀਟ ਦਿਖ ਪਈ ਅਤੇ ਮੈਂ ਉੱਥੇ ਜਾ ਵੜਿਆ। ਬੜਾ ਖੁਸ਼ ਹੋਇਆ ਕਿ ਮੇਰੇ ਸਰਦਾਰ ਭਾਈ ਇੱਥੇ ਰਹਿੰਦੇ ਨੇ ਅਤੇ ਉਹਨਾਂ ਦੇ ਨਾਲ ਜਾ ਕੇ ਮੈਂ ਸਤਨਾਮੀ ਵਾਲੀ ਮੂਵਮੈਂਟ ਸਾਂਝੀ ਕੀਤੀ। ਉਹਨਾਂ ਨੇ ਪਹਿਲਾਂ ਗੁਰੂ ਘਰ ਨੂੰ ਤਾਲਾ ਮਾਰਿਆ ਹੋਇਆ ਸੀ ਕਿਉਂਕਿ ਮੂਵਮੈਂਟ ਕਾਫੀ ਭੱਖ ਚੁੱਕੀ ਸੀ ਵੱਡੀ ਗਿਣਤੀ 'ਚ, ਪੂਰੇ ਪੰਜਾਬ ਤੋਂ ਵੱਡਾ ਪੰਜਾਬ ਉੱਥੇ ਬਣ ਸਕਦਾ ਸੀ। ਤਾਂ ਉਸ ਵੇਲੇ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਲੋਕ ਸ਼ੂਦਰ ਨੇ, ਛੋਟੀ ਜਾਤ ਦੇ ਨੇ, ਇਹਨਾਂ ਦੀਆਂ ਘਰਾਂ ਵਾਲੀਆਂ ਸਾਡੇ ਘਰਾਂ 'ਚ ਪੋਚੇ ਲਾਉਂਦੀਆਂ ਨੇ, ਭਾਂਡੇ ਮਾਂਜਦੀਆਂ ਨੇ, ਸਾਡੇ ਕੋਲ ਵਿਆਜੂ ਪੈਸਾ ਲੈ ਕੇ ਵਰਦੀਆਂ ਨੇ, ਇਹ ਲੋਕਾਂ ਦੇ ਕੱਪੜਿਆਂ 'ਚ ਬੋਹ ਆਉਂਦੀ ਹੈ, ਅਸੀਂ ਇਹਨਾਂ ਲੋਕਾਂ ਨੂੰ ਕਿੱਦਾਂ ਸਿੱਖ ਬਣਾ ਸਕਦੇ ਹਾਂ, ਅਸੀਂ ਇਹਨਾਂ ਲੋਕਾਂ ਨੂੰ ਕਿੱਦਾਂ ਗੁਰਦੁਆਰੇ ਆਪਣੇ ਬਰਾਬਰ ਬਿਠਾ ਸਕਦੇ ਹਾਂ। ਉਹਨਾਂ ਨੇ ਬੜੇ ਸਵਾਲ ਕੀਤੇ ਅਤੇ ਮੈਂ ਉਹਨਾਂ ਨੂੰ ਕਿਹਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਮਿਸ਼ਨ ਚਲਾਇਆ ਸੀ ਇਹਨਾਂ ਲੋਕਾਂ ਨੂੰ ਹੀ ਉੱਪਰ ਚੁੱਕਣ ਲਈ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਇਹਨਾਂ ਨੂੰ ਹੀ ਉੱਚੇ ਕਰਨ ਵਾਸਤੇ, ਇਹਨਾਂ ਨੂੰ ਹੀ ਗੁਲਾਮੀ ਦੀ ਜਿਲਣ 'ਚੋਂ ਕੱਢਣ ਵਾਸਤੇ, ਇਹਨਾਂ ਨੂੰ ਆਜ਼ਾਦੀ ਦੇਣ ਵਾਸਤੇ, ਇਹਨਾਂ 'ਚ ਅਣਖ ਦਾ ਜਜ਼ਬਾ ਭਰਨ ਵਾਸਤੇ ਗੁਰੂ ਸਾਹਿਬ ਨੇ ਐਡਾ ਵੱਡਾ ਪੰਥ ਚਲਾਇਆ ਸੀਗਾ। ਅਤੇ ਫਿਰ ਇਹ ਸਤਨਾਮੀ ਨੇ ਅਤੇ ਇਹਨਾਂ ਨੂੰ ਅਸੀਂ ਆਪਣੇ ਨਾਲ ਜੋੜੀਏ ਅਤੇ ਉਹ ਕਹਿਣ ਲੱਗੇ ਵਾਓ, ਕਿੱਥੇ ਗੁਰੂ ਨਾਨਕ ਦਾ ਸਤਨਾਮ ਅਤੇ ਕਿੱਥੇ ਇਹ ਸੂਦਰਾਂ ਦਾ ਸਤਨਾਮ, ਕਿੱਥੇ ਘਾਸੀਦਾਸ ਦਾ ਸਤਨਾਮ। ਹਾਂਜੀ, ਅਤੇ ਉਹਦੇ ਵਿੱਚੋਂ ਜਦੋਂ ਇੱਦਾਂ ਦੀਆਂ ਗੱਲਾਂ ਹੋਈਆਂ ਅਤੇ ਮੈਂ ਵੀ ਉਦੋਂ ਜੰਗ ਬਲੱਡ ਸੀ, ਅਨਮੈਰਿਡ ਸੀ, ਨਵੀਂ ਅਜੇ ਬੀ ਐੱਡ ਦੀ ਪੜ੍ਹਾਈ ਕਰਕੇ ਮੈਂ ਉਹਦੇ ਨੂੰ ਤੁਰ ਪਿਆ ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਾੜੀ ਰਾਜਿਆਂ ਨੇ ਕਿਹਾ ਸੀ ਭਈ ਇਹਨਾਂ ਦੇ ਜਿਹੜੇ ਨੇ ਵੀ ਸੂਦਰਾਂ ਨੂੰ ਤੁਸੀਂ ਅੰਮ੍ਰਿਤ ਛਕਾਉਂਦੇ ਹੋ, ਉਹਨਾਂ ਨੂੰ ਤੁਸੀਂ ਸਰਦਾਰ ਬਣਾਉਂਦੇ ਹੋ, ਸਾਡੇ ਬਰਾਬਰ ਖੜ੍ਹੇ ਕਰ ਦਿੰਦੇ ਹੋ, ਭਈ ਅਸੀਂ ਉੱਚੀ ਜਾਤੀ ਦੇ ਹਾਂ, ਜੇ ਸਾਡਾ ਬਾਟਾ ਵੱਖਰਾ ਕਰ ਦਿਓ, ਇੱਕ ਬਾਟੇ ਨੂੰ ਮੂੰਹ ਨਾ ਲਵਾਓ ਅਤੇ ਅਸੀਂ ਸਾਰੇ ਅੰਮ੍ਰਿਤ ਛਕਣ ਨੂੰ ਤਿਆਰ ਹਾਂ। ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਸੀ ਉਹ ਕਿਹਾ ਸੀ ਵੀ ਨਹੀਂ, ਇਹਨਾਂ ਨੂੰ ਤਾਂ ਮੈਂ ਆਤਮਕ ਬਲ ਦੇਣਾ ਚਾਹੁੰਦਾ, ਇਹਨਾਂ ਨੂੰ ਤਾਂ ਮੈਂ ਤਾਕਤ ਦੇਣਾ ਚਾਹੁੰਦਾ, ਇਹਨਾਂ ਨੂੰ ਮੈਂ ਗੁਲਾਮੀ 'ਚੋਂ ਕੱਢਣਾ ਚਾਹੁੰਦਾ ਅਤੇ ਇਹੀ ਤਾਂ ਮੇਰਾ ਮਿਸ਼ਨ ਹੈ ਅਤੇ ਇਹਦੇ ਉਲਟ ਮੈਂ ਕਿਵੇਂ ਜਾ ਸਕਦਾ। ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਤੁਹਾਡੇ ਵਿੱਚੋਂ, ਤੁਹਾਡੀ ਸੋਚ ਦੇ ਵਿੱਚੋਂ ਪਹਾੜੀ ਰਾਜਿਆਂ ਦੀ ਰੂਹ ਨਜ਼ਰ ਆਉਂਦੀ ਹੈ। ਉਹ ਭੜਕ ਪਏ। ਇੱਕ ਸਰਦਾਰ ਕਹਿਣ ਲੱਗਾ ਇਹ ਪੰਜਾਬ 'ਚ ਆਇਆ ਹੈ, ਦੂਜਾ ਕਹਿਣ ਲੱਗਿਆ ਇਹ ਵੱਖਵਾਦੀ ਹੈ, ਤੀਜੇ ਨੇ ਕਿਹਾ ਇਹ ਅੱਤਵਾਦੀ ਹੈ, ਚੌਥੇ ਨੇ ਕਿਹਾ ਇਹ ਭਿੰਡਰੀ ਵਾਲਾ ਕਾ ਚੇਲਾ ਹੈ। ਉਹਨਾਂ ਨੇ ਭਿੰਡਰਾਂ ਵਾਲੇ ਨਹੀਂ ਕਿਹਾ, ਇਹ ਭਿੰਡਰੀ ਵਾਲਾ ਕਾ ਚੇਲਾ ਹੈ। ਉਹ 10-15 ਸੀ, ਮੈਂ ਇਕੱਲਾ ਸੀ, ਮੇਰੇ ਵਾਸਤੇ ਵਿਦੇਸੀ ਧਰਤੀ ਸੀ, ਮੈਂ ਉੱਥੋਂ ਨਿਕਲਣਾ ਸੀ, ਠੀਕ ਸਮਝਿਆ, ਸਿਆਣਪ ਸਮਝੀ, ਅਤੇ ਉੱਥੇ ਉਹੀ ਜਿਹੜੀਆਂ ਟੈਕਸੀਆਂ ਚੱਲਦੀਆਂ ਨੇ ਕਿਰਾਏ ਵਾਲੀਆਂ, ਮੈਂ ਉਹ 'ਚ ਬਹਿ ਕੇ ਅਗਲੇ ਪਿੰਡ ਨੂੰ ਤੁਰ ਪਿਆ। ਅਜੇ 2 ਕਦਮ ਟੈਕਸੀ ਗਈ ਅਤੇ ਇੱਕ ਸਿਵਲ ਵਰਦੀ 'ਚ ਬੰਦੇ ਨੇ ਟੈਕਸੀ ਰੁਕਵਾ ਕੇ ਅਤੇ ਪਿੱਛੇ ਆ ਕੇ ਮੈਨੂੰ ਇਸ਼ਾਰਾ ਕਰਕੇ ਕਿਹਾ ਵੀ ਥੱਲੇ ਆ ਜਾਓ, ਅਤੇ ਮੈਂ ਟੈਕਸੀ ਤੋਂ ਉੱਤਰ ਕੇ ਨੀਚੇ ਆ ਗਿਆ ਅਤੇ ਮੈਨੂੰ ਕਹਿੰਦੇ ਆਓ ਮੈਨੂੰ ਫਾਲੋ ਕਰੋ, ਮੇਰੇ ਨਾਲ ਤੁਰੋ। ਮੈਂ ਉਹਨਾਂ ਦੇ ਨਾਲ ਤੁਰਦਾ ਗਿਆ, ਅੱਗੇ ਜਾ ਕੇ ਮੈਂ ਕੀ ਦੇਖਿਆ ਕਿ ਸਾਹਮਣੇ ਠਾਣਾ, ਠਾਣੇ ਦੇ ਅੰਦਰ ਲੈ ਗਏ, ਉੱਥੇ ਜਾ ਕੇ ਮੈਨੂੰ ਬੈਂਚ 'ਤੇ ਬਿਠਾ ਦਿੱਤਾ। ਥਾਣੇਦਾਰ ਜਿਹੜਾ ਉੱਥੇ ਸੀਗਾ ਜਿਹਨੂੰ ਦਰੋਗਾ ਕਹਿੰਦੇ ਨੇ, ਉਹਦਾ ਨਾਮ ਅੱਜ ਤੱਕ ਯਾਦ ਹੈ, ਟੀ ਪੀ ਸਿੰਘ, ਉਹ ਰਾਊਂਡ 'ਤੇ ਗਿਆ ਸੀ ਅਤੇ ਉਹਨਾਂ ਨੇ ਉੱਥੇ ਮੈਨੂੰ ਬਿਠਾ ਦਿੱਤਾ ਅਤੇ ਮੈਨੂੰ ਇੰਨਾ ਦੱਸਿਆ ਕਿ ਤੁਹਾਡੇ ਸਰਦਾਰ ਭਾਈਓ ਨੇ ਤੁਮ ਪਰ ਕੰਪਲੇਂਟ ਕੀ ਹੈ ਕਿ ਤੂੰ ਜਹਾਂ ਆਗ ਲਗਾਉਣੇ ਆਏ ਹੈ, ਤੁਮ ਉਗਰਵਾਦੀ ਹੈ, ਤੁਮਕੋ ਭਿੰਡਰੀ ਵਾਲਿਆਂ ਨੇ ਭੇਜਿਆ ਹੈ, ਇਸ ਲਈ
हमारे दरोगा जी रात को आएंगे तो आपसे बात करेंगे, तब तक आप जहाँ बैठे रहो। मैं वहाँ बैठा रहा, रात को 2 बज गए तो दरोगा जी आए टीपी से। मैनू कहन लगे, सरदार जी आपको नींद नहीं आती क्या, सो जाओ। मैं उन्होंने कहा, मैं कहा नींद कैसे आए, बेंच हूँ, सीधा लेटता हूँ ना, बेंच खूबता है, और मैं साइड लेता हूँ ना दाएं बाएं, तो मैं गिर जाता हूँ, गिरने का डर है, इसलिए नींद नहीं आ रही। अगर मैं, मेरे पास एक चादर है, मैं अपने ऊपर ओढ़ता हूँ तो गर्मी लगती है, उतारता हूँ तो मच्छर लड़ता है, तो कैसे सोएं। तो फिर वो बोले, विश्वदास जी आपको यही ठाणा मिला आपको। मैंने बोला, सर मैंने तो ठाणे आया नहीं, मुझे तो लाया गया। आप बोलिए मैं चला जाता हूँ। तो वो कहन लगे, टीपी से कहन लगा, कहिंदा आपके सरदार भाइयों ने आप पर कंप्लेंट की है कि आप पंजाब से जहाँ आग लगाने आए हैं। मैं कहा, सर ऐसी बात तो मैंने कोई की नहीं, मैं तो जो संवैधानिक तौर पर लीगल है वो काम कर रहा हूँ, अपने धर्म का प्रचार करना सभी का हक है, किसी को जबरदस्ती धर्म परिवर्तन नहीं करना, तो हम प्रचार कर रहे हैं, इसमें क्या गलत कर रहे हैं, इसमें कैसे हम उग्रवादी हो गए। तो वो कहने लगा कि अगर आप लिख के दे दो कि मैं जहाँ पे प्रचार नहीं करूँगा तो मैं छोड़ दूँगा। मैंने बोला, सर मैं लिख के नहीं दे सकता, मैं गलत किया नहीं। तो उन्हें कहा, अगर आपके सरदार भाई हमें बोल दें कि इनको छोड़ दो तो हम छोड़ देंगे। वो आपके सरदार भाई कल को आएंगे, जब दिन चढ़ेगा तो उनसे बात कर लेना, हम छोड़ देंगे। तो मैं बाहर रहा, दरोगा चला गया अपनी रेस्ट के लिए, आराम करने के लिए। तो वहाँ ये बात फैल गई थी मुझे ठाणे, मेरे ठाणे बैठने की, और वहाँ के जो सतनामी लोग थे उन्होंने रायपुर सलानी जी को, मनमोहन सिंह सलानी जी को इसके बारे में कन्वे कर दिया था, जैसे भी को टेलीफोनिकली या कैसे भी। तो वो लोग दिन चढ़ते वहाँ आ गए पंडरिया में, तो वहाँ से ठाणेदार से बात की और मेरे को वापस रायपुर ले गए। कुछ समय मैंने वहाँ प्रचार किया, फिर मैं 5 मार्च 1984 नूं वापस पंजाब आ गया। पंजाब आके मैं सीधा दरबार साहब गया, दरबार साहब जाके मैं संत लौंगोवाल प्रधान होंदे सी श्रोमणी अकाली दल दे, उन्हां नूं जाके सारा कुछ दस्सिया। उदों जथेदार अकाल तख्त साहब जी दे, मैनूं चंगी तरह याद नहीं है, समा बड़ा हो गया शायद, महालों साहब सी हरचरण सिंह जी, महालों जथेदार जी सिंह साहब सी जथेदार अकाल तख्त साहब दे, उन्हां नूं जाके मिलिया। उन्होंने मैनूं कहा भी काका गर्मी है हुण, लिस्टां बनाओ तगड़े हो के, आपां थोड़ा मौसम बदलेगा आपां जावांगे, आपां उत्थे एट ए टाइम 10 थावां ते कैंप लावांगे अमर सखन दे, ते एट ए टाइम 10 टेंटां च 10 तंबूआं च 10 थावां ते अमर संचार होएगा, ते ये 10 थावां ते एक दिन होएगा, दूजे दिन तीजे दिन ये 3-4 दिन ये प्रवाह चलेगा, 10,000 प्राणियों आपां उत्थे अमर सका के वापस आवांगे। उस तो बाद ब्ल्यू स्टार ओपरेशन हो गया, मतलब दरबार साहब ते हमला हो गया, तीजा वड्डा घल्लूघारा वापर गया, दास 5 साल जोधपुर की जेल पहुँच गया, दुर्ग दे मेयर सुच्चा सिंह रिजाइन कर गए, और ये लहर जिहड़ी सी ये दब गई। उस तो बाद ये लहर मुड़ नहीं उठी, बहुत वड्डा ये पंजाब बन सकता सी, ये साढ़े बस की गल भी नहीं,
ਅਸੀਂ ਤਾਂ ਜੰਗਲ 'ਚ ਅੱਗ ਲੱਗੀ ਹੈ ਅਤੇ ਜਿੱਦਾਂ ਉਹ ਚਿੜੀ ਚੁੰਝ 'ਚ ਪਾਣੀ ਲੈ ਕੇ ਜਾਂਦੀ ਹੈ, ਇਹ ਸੋਚ ਕੇ ਕਿ ਅੱਗ ਬੁਝਾਉਣ ਵਾਲਿਆਂ 'ਚ ਜਦੋਂ ਇਤਿਹਾਸ ਬਣੇਗਾ ਸਾਡਾ ਨਾਂ ਆਊਗਾ, ਜਾਂ ਸਾਡੀ ਹਿੰਮਤ ਨੂੰ ਦੇਖ ਕੇ ਵੱਡੇ ਵੱਡੇ ਹਾਥੀ ਬਘਿਆੜ ਛੁੰਡਾਂ ਮੂੰਹ ਪਾਣੀ ਦੇ ਭਰ ਲਿਆਉਣਗੇ ਅਤੇ ਅੱਗ ਬੁੱਝ ਜਾਊਗੀ, ਸਾਡਾ ਉੱਦਾਂ ਦਾ ਯਤਨ ਹੈ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਪ੍ਰਬੰਧਕ ਕਮੇਟੀ, ਤਖਤ ਸਾਹਿਬਾਨ, ਸਾਰਿਆਂ ਦੇ ਲੈਵਲ 'ਤੇ ਕੋਈ ਪੰਥਕ ਉਪਰਾਲਾ ਹੋਵੇ ਅਤੇ ਇਹ ਸਤਨਾਮੀਆਂ ਨੂੰ ਅੱਜ ਵੀ ਵੱਡੀ ਗਿਣਤੀ 'ਚ ਸਿੱਖ ਬਣਾਇਆ ਜਾ ਸਕਦਾ, ਕਿਉਂਕਿ ਸਿੱਖ ਬਣਾਉਣ ਵਾਲੀ ਗੱਲ ਵੀ ਨਹੀਂ, ਇਹ ਤਾਂ ਖੁਦ ਮੰਨਦੇ ਨੇ ਕਿ ਸਾਡਾ ਤੋੜ ਵਿਸੋੜਾ ਹੋ ਗਿਆ ਸੀ ਅਤੇ ਕਹਿੰਦੇ ਸੀ ਅਸੀਂ ਪੁਨਰ ਮਿਲਾਪ ਕਰਨਾ। 1984 ਅਤੇ 2024 'ਚ ਬਹੁਤ ਵੱਡਾ ਗੈਪ ਹੈ, ਸੋ ਜਿਹੜੇ ਲੋਕ ਉਦੋਂ ਤਿਆਰ ਹੋ ਗਏ ਸੀ ਉਹਨਾਂ ਦਾ ਕੀ ਬਣਿਆ ਨਹੀਂ ਪਤਾ, ਪਰ ਇੱਕ ਗੱਲ ਜ਼ਰੂਰ ਪਤਾ ਹੈ ਕਿ ਉਹਨਾਂ ਦਾ ਜਿਹੜਾ ਲੀਡ ਕਰ ਰਿਹਾ ਸੀ ਡਾਕਟਰ JR ਕੌਸਲ, ਜਿਹਦਾ ਮੈਂ ਪਹਿਲਾਂ ਜ਼ਿਕਰ ਕੀਤਾ, ਉਹਨਾਂ ਨੇ ਅੰਮ੍ਰਿਤ ਛਕ ਲਿਆ ਸੀ ਅਤੇ ਉਹ ਪੰਜ ਬਾਣੀਆਂ ਕੰਠ ਕਰ ਗਏ ਸੀ ਅਤੇ ਉਹ ਹੁਣ ਵੀ ਪੰਜ ਪਿਆਰਿਆਂ ਵਿੱਚ ਸ਼ਾਮਿਲ ਹੁੰਦੇ ਨੇ ਅੰਮ੍ਰਿਤ ਛਕਾਉਣ ਵਾਲਿਆਂ ਨੂੰ। ਭਾਵੇਂ ਅੰਮ੍ਰਿਤ ਸਾਡੀ ਕਮਿਊਨਿਟੀ ਦੇ ਲੋਕਾਂ ਨੂੰ ਛਕਾਇਆ ਜਾਂਦਾ ਹੈ, ਉਹ ਸਤਨਾਮੀ ਲਹਿਰ ਜਿਹੜੀ ਹੈ ਉਸ ਤੋਂ ਬਾਅਦ ਬਹੁਤੀ ਪ੍ਰਫੁੱਲਤ ਨਹੀਂ ਹੋ ਸਕੀ, ਕਿਉਂਕਿ ਬਹੁਤ ਜ਼ਿਆਦਾ ਸਾਧਨਾਂ ਦੀ ਲੋੜ, ਬਹੁਤ ਜ਼ਿਆਦਾ ਇਨਪੁੱਟ ਦੀ ਲੋੜ, ਉਹ ਤਾਂ ਪੰਥਕ ਲੈਵਲ ਦੇ ਉੱਪਰ ਲਈ ਉਹਨੂੰ ਸਿਰੇ ਚਾੜ ਸਕਦੇ ਸੀ, ਹੁਣ ਵੀ ਚਾੜਿਆ ਜਾ ਸਕਦਾ। ਸੋ ਇਹ ਕੁਝ ਕੁ ਇੱਕ ਯਾਦ ਜਿਹੜੀ ਯਾਦਾਂ ਦੇ ਝਰੋਖੇ 'ਚ ਮੈਨੂੰ ਆਈ ਸੀ, ਮੇਰੇ ਕੋਲ ਸਮਾਂ ਸੀ, ਮੈਂ ਸਾਂਝੀ ਕਰਨ ਦਾ ਯਤਨ ਕੀਤਾ। ਵੀਡੀਓ ਲੰਬੀ ਹੋ ਰਹੀ ਹੈ, ਜ਼ਰੂਰ ਸੁਣਿਓ, ਕਮੈਂਟ ਕਰਕੇ ਮੇਰਾ ਹੌਸਲਾ ਵਧਾਇਓ, ਮੇਰੇ ਉਤਸ਼ਾਹ ਵਧਾਇਓ, ਅਰਦਾਸ ਕਰਿਓ ਤਾਂ ਕਿ ਮੈਂ ਸੇਵਾ 'ਚ ਲੱਗਿਆ ਰਹਾਂ, ਸਤਿਗੁਰ ਮਿਹਰ ਭਰਿਆ ਹੱਥ ਮੇਰੇ ਬਣਾਈ ਰੱਖਣ। ਸੋ ਸਰਬ ਸੁੱਖ ਹੋਵੇ, ਸਰਬੱਤ ਦਾ ਭਲਾ, ਪੰਥ ਕੀ ਜੀਤ, ਪੰਥ ਜੀਵੇ ਮੈਂ ਮਰਾਂ, ਮੈਂ ਬੇਇੱਜ਼ਤ ਹੋਵਾਂ ਪੰਥ ਦੀ ਇੱਜ਼ਤ ਬਣੇ। ਸੋ ਆਓ ਸਾਰੇ ਧਰਮ ਕੇ ਜਕਾਰ ਲਈ ਇੱਕ ਝੰਡੇ ਹੇਠ ਇਕੱਠੇ ਹੋਈਏ, ਧਰਮ ਕਾ ਜਕਾਰ ਕਰਨ ਲਈ ਆਪੋ ਆਪਣੀ ਇਨਪੁੱਟ ਲਾਈਏ, ਆਪਣੇ ਆਪ ਨੂੰ ਪੁੱਛੀਏ ਵੱਢ ਜਮਾਈ ਕੰਟਰੀਬਿਊਸ਼ਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।